प्रगट हुए ना चों या माया के डंडे सूर के सन्मुख रण ते डरप सती के सांच भांडे डगमग छाड़ रे मन बौरा अब तौ जरे मरे सिद्ध पाइए लीनो हाथ संडोरा क्या जाना किव मरहेंगे कैसा मरना हुए जेकर साहिब मन हो ना विसरे ता सहला मरना हुए मरना ते जगत डरे जीविया लोड़े सब कोए गुर प्रसादी जीवत मरे हुक्म बुझे सोए नानक ऐसी मरनी जो मरे तां सद जीवन हुए कृपा करहु दीन के दाते मेरा गुण अवगण ना बिचारो कोई माटी का क्या धूप है स्वामी माटी का क्या धूप है स्वामी मानस की गत एही साहिब सतगुरु श्री गुरु ग्रंथ साहब महाराज जी के पावन मुकद्दस हजूरी अंदर नासर ओ मंसूर इसदी मंजूर हक राग मंजूर जुमला फैज़े नूर हक हक आगाह शाहे शहनशाह श्री गुरु ग्रंथ साहब महाराज जी की पावन हजूरी का सच्चे पातशाह की अगमी बाणी का आप जी कीर्तन भाई साहब जी पासों सरवण कर रहे सो और इस सच्चे पातशाह जी की अगमी खेड सतसंगत ऐसी जानी है जिथे एको नाम वखाणी है एको नाम हुक्म है नानक सतगुर दिया बुझाई जियो इस परम हुक्म की सोझी आप संगत विच बैठ के गुरु साहब जी की बाणी का आनंद माण रहे सी गुरु ग्रंथ साहब जी की संगत का निग माण रहे हो अज दे खास दीवाना दी हाजरी और अज दे खास दीवाना बारे आप जानते हो कि तीजे घल्लूकारे दे रूप दे विच सिख जगत दे विच जिस घटना नूं सदे याद किया जाता है और सदा ही याद किया जाएगा जिहड़ा भुलाया नहीं जा सकता ते ना ही भुलाउण दा जतन किया जाएगा उस घल्लूकारे जिहड़ा 1984 विच वापरिया जिहदी शुरुआत तकरीबन 6 जून तो हुई एक घटना 31 अक्तूबर च वापरी फिर उस तो बाद सिखां दी नकल नसल कुशी हुई जिन्हों असी जीनोसाइड कहने हाँ सो ये दिन दुनिया दे विच बड़े तरह के लोग सानू सुनाउंदे ने सवाल ये नहीं है कि वो सुनाउंदे ने सवाल ये है वो की सुनाउंदे ने वो साडे बच्चियां नू साडी नौजवान पीढ़ी नू की दसदे ने
ਇਹ ਚਿੰਤਾ ਦਾ ਵਿਸ਼ਾ ਹੈ। ਜੋ ਅਸਲ ਹੈ, ਜੋ ਸੱਚੀ ਮੁੱਚੀ ਵਾਪਰਿਆ, ਉਹ ਸਾਡੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ। ਇਸ ਕਰਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀ ਪ੍ਰਬੰਧਕ ਕਮੇਟੀ ਨੇ ਇਹ ਸਮਾਗਮ ਉਲੀਕੇ ਨੇ, ਕਿਉਂਕਿ ਜਿੰਨਾ ਕੁ ਦਾਸ ਦਾ ਐਕਸਪੀਰੀਅੰਸ, ਭਾਵੇਂ ਉਹ ਅਕੈਡਮਿਕਸ ਦੇ ਵਿੱਚ ਹੋਏ, ਭਾਵੇਂ ਉਹ ਕਥਾ ਵਾਰਤਾ ਦੇ ਰੂਪ ਦੇ ਵਿੱਚ ਵਿਚਰਦਾ ਹੋਏ, ਅਤੇ ਭਾਵੇਂ ਉਹ ਕੌਮੀ ਦਰਦ ਅਤੇ ਪ੍ਰੇਮ ਵਾਲਿਆਂ ਦੇ ਵਿੱਚ ਵਿਚਰਦਾ ਹੋਏ, ਇਹ ਸਾਰਾ ਵੀ ਜੋ ਸਾਰਾ ਵਰਤਾਰਾ ਵਰਤਿਆ, ਇਸ ਵਰਤਾਰੇ ਦੇ ਪਿੱਛੇ ਕਾਰਨ ਕੀ ਸੀ ਔਰ ਇਸ ਵਰਤਾਰੇ ਦੇ ਵਿੱਚੋਂ ਨਤੀਜੇ ਕੀ ਨਿਕਲੇ ਨੇ, ਉਹਦੀ ਵਿਚਾਰ ਆਪਾਂ ਕਰੀਏ। ਆਪ ਸਾਰੀ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਔਰ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਦਾ ਮਨ ਹੈ ਕਥਾ ਰੂਪ ਨਹੀਂ, ਇੱਕ ਤਕਰੀਰ ਅਤੇ ਇੱਕ ਲੈਕਚਰ ਰੂਪ ਦੇ ਵਿੱਚ ਆਪ ਜੀ ਦੇ ਸਨਮੁੱਖ ਇਹਨਾਂ ਘੱਲੂਕਾਰਿਆਂ ਬਾਰੇ ਜ਼ਿਕਰ ਕੀਤਾ ਜਾਏ। ਘੱਲੂਕਾਰਾ ਲਫ਼ਜ਼ ਬਹੁਤਾ ਨਵਾਂ ਨਹੀਂ ਹੈ, ਇਹ 1944 ਤੋਂ ਪਹਿਲਾਂ ਡਿਕਸ਼ਨਰੀ ਵਿੱਚ ਮੌਜੂਦ ਨਹੀਂ ਸੀ। ਇਹ ਘੱਲੂਕਾਰਾ ਟਰਮ, ਜਿਹਨੂੰ ਜੈਨੋਸਾਈਡ ਕਿਹਾ ਜਾਂਦਾ ਅੰਗਰੇਜ਼ੀ ਦੇ ਵਿੱਚ, ਔਰ ਅਸੀਂ ਆਪਣੀ ਮੂਲ ਭਾਸ਼ਾ ਪੰਜਾਬੀ 'ਚ ਘੱਲੂਕਾਰਾ ਕਹਿੰਦੇ ਹਾਂ, ਇਹ 1944 ਤੋਂ ਬਾਅਦ ਹੀ, ਭਾਵ ਕਿ ਉਹ ਸਮਾਂ ਲਾਓ ਜਦ ਵਿਸ਼ਵ ਦੀਆਂ ਵੱਡੀਆਂ ਜੰਗਾਂ ਚੱਲ ਰਹੀਆਂ ਸਨ, ਜਿਹਦੇ ਵਿੱਚ ਯਹੂਦੀਆਂ ਦੀ ਨਸਲਕੁਸ਼ੀ ਹੋਈ, ਔਰ ਉਸ ਸਮੇਂ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੀ, ਭਾਵ ਕਿ ਇਨਸਾਨੀਅਤ ਦੀ ਕਤਲੋਗਾਰ ਅਤੇ ਨੰਗਾ ਨਾਚ ਹੋਇਆ। ਫਿਰ ਇਹ ਟਰਮਸ ਸਾਹਮਣੇ ਆਈਆਂ। ਅਸਲ ਦੇ ਵਿੱਚ ਜੇ ਕੋਈ ਇੱਕ ਕਤਲ ਕੀਤਾ ਜਾਏ ਤਾਂ 6 ਕਾਰਨ ਬਣਦੇ ਨੇ, 6 ਸਵਾਲ ਹੁੰਦੇ ਨੇ। ਪਹਿਲਾ ਸਵਾਲ, ਕਤਲ ਕਿੰਨੇ ਕੀਤਾ? ਦੂਸਰਾ ਸਵਾਲ, ਕਤਲ ਕਿਉਂ ਕੀਤਾ? ਤੀਸਰਾ, ਕਿਹਦਾ ਕੀਤਾ? ਚੌਥਾ, ਕਿੱਥੇ ਕੀਤਾ? ਪੰਜਵਾਂ ਅਤੇ 6ਵਾਂ, ਕਾਤਲ ਅਤੇ ਮਕਤੂਲ ਕੌਣ ਨੇ? ਇਹ 6 ਸਵਾਲ ਅਕਸਰ ਹੁੰਦੇ ਨੇ ਕਤਲ ਦੇ ਪਿੱਛੇ। ਪਰ ਜਦ ਇੰਨਾ ਵੱਡਾ ਕਾਰਾ ਵਾਪਰ ਜਾਏ ਔਰ ਸਾਡੇ ਦੇਸ਼ ਦੀਆਂ ਕੋਰਟਾਂ, ਸਾਡੇ ਦੇਸ਼ ਦੇ ਨਿਆਂ ਪ੍ਰਣਾਲੀ, ਸਾਡੇ ਦੇਸ਼ ਦੇ ਸਾਰੇ ਜੁਡੀਸ਼ੀਅਲ ਸਿਸਟਮ ਚੁੱਪ ਹੋ ਜਾਣ, ਫਿਰ ਗਿਲਾਨੀ ਆਉਂਦੀ ਹੈ ਇਸ ਦੇਸ਼ ਵਿੱਚ ਨਿਆਂ ਪ੍ਰਣਾਲੀ ਦੇ ਬਾਰੇ ਗੱਲ ਕੀਤਿਆਂ। ਔਰ ਇਹ ਜਿਹੜਾ 31 ਅਕਤੂਬਰ, ਉਸ ਤੋਂ ਬਾਅਦ ਦੀ ਘਟਨਾ 1, 2 ਅਤੇ 3 ਨਵੰਬਰ ਵਾਪਰਿਆ, ਨਾ ਸਿਰਫ ਦਿੱਲੀ, ਬਿਹਾਰ, ਕਾਨਪੁਰ, ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਥਾਵਾਂ 'ਤੇ, ਆਪ ਸਭ ਜਾਣਦੇ ਹੋ, ਹਜ਼ਾਰਾਂ ਸਿੱਖਾਂ ਨੂੰ ਕਤਲੋਗਾਰਤ ਰੂਪ ਦੇ ਵਿੱਚ ਕਤਲ ਕੀਤਾ ਗਿਆ। ਪਰ ਇਹਦੇ ਪਿੱਛੇ ਕਾਰਨ ਕੀ ਸੀ? 2 ਘੱਲੂਕਾਰੇ ਪਹਿਲਾਂ ਸਿੱਖ ਜਗਤ ਵਿੱਚ ਵਾਪਰ ਚੁੱਕੇ ਨੇ। ਛੋਟਾ ਘੱਲੂਕਾਰਾ 1742 ਦਾ, ਵਾਹਿਗੁਰੂ 1746 ਦਾ, ਔਰ ਵੱਡਾ ਘੱਲੂਕਾਰਾ 1762 ਦਾ। ਇਹ 2 ਘੱਲੂਕਾਰੇ ਪਹਿਲਾਂ ਵਾਪਰ ਚੁੱਕੇ ਨੇ, ਜਿਹਦੇ ਵਿੱਚ ਸਿੱਖਾਂ ਨੂੰ 30,000 ਤੋਂ ਲੈ ਕੇ 60,000 ਤੱਕ ਦੀ ਆਪਣੇ ਆਪ ਨੂੰ, ਭਾਵ ਖਤਮ, ਜਾਂ ਇਸ ਕੌਮ ਨੂੰ ਖਤਮ ਕਰਨ ਵਾਸਤੇ ਇਹ ਬਹੁਤ ਜ਼ਰੂਰਤ ਕੀਤੀ ਗਈ ਮੁਗਲਾਂ ਵੱਲੋਂ, ਔਰ ਇਹ ਘੱਲੂਕਾਰੇ ਹੋਏ ਸਾਡੇ ਇਤਿਹਾਸ ਦੇ ਵਿੱਚ, ਔਰ ਇਹ ਬਹੁਤ ਦਹਿਸ਼ਤਗਰਦੀ ਵਿੱਚ ਹੋਏ। ਔਰ ਘੱਲੂਕਾਰਿਆਂ ਬਾਰੇ ਇਤਿਹਾਸ ਲਿਖਦਾ ਹੈ ਕਿ ਸਿੱਖ ਭਾਵੇਂ ਛੋਟਾ ਹੋਏ ਅਤੇ ਭਾਵੇਂ ਵੱਡਾ ਹੋਏ, ਭਾਵੇਂ ਇਹ 46 ਦਾ ਹੈ, 1746 ਦਾ ਜਾਂ 1762 ਦਾ, ਸਿੱਖ ਤੁਰਦੇ ਵੀ ਜਾ ਰਹੇ ਸਨ ਅਤੇ ਸਿੱਖ ਜੰਗ ਵੀ ਲੜ ਰਹੇ ਸਨ, ਤੁਰਦੇ ਤੁਰਦੇ ਆਪਣੇ ਕਾਫਲੇ ਨੂੰ ਬਚਾਉਣ ਵਾਸਤੇ। ਪਰ ਹਜ਼ਾਰਾਂ ਦੇ ਵਿੱਚ, ਕਿ 15 ਤੋਂ 30 ਹਜ਼ਾਰ, ਇਹ ਗਿਣਤੀ ਵੀ ਨਹੀਂ ਕੀਤੀ ਜਾ ਸਕੀ ਉਸ ਵੇਲੇ ਕਿ ਕਿੰਨੀ ਜ਼ਿਆਦਾ ਸਿੱਖਾਂ ਦੀ ਨਸਲਕੁਸ਼ੀ ਹੋਈ ਆ। ਔਰ ਇਸ ਨਸਲਕੁਸ਼ੀ ਦੇ ਕਈ ਕਾਰਨ ਸਨ। ਪਹਿਲਾ ਕਾਰਨ ਜਿਹੜਾ ਛੋਟੇ ਘੱਲੂਕਾਰੇ ਦਾ ਬਣਿਆ, ਜ਼ਕਰੀਆ ਖਾਂ ਭਾਈ ਤਾਰੂ ਸਿੰਘ ਨੂੰ ਕਹਿੰਦਾ ਹੈ ਕਿ ਤੈਨੂੰ ਜੁੱਤੀ ਦੇ ਨਾਲ ਮਾਰ ਮਾਰ ਕੇ ਤੇਰੇ ਕੇਸਾਂ ਨੂੰ ਲਾ ਦਾਂਗਾ,
ते भाई तारू सिंह कहिंदे ने इह ते समा दसेगा कौन किनू जुती ला के अगे लैके जांदा है। इह सारा कुछ वापरिया जद खोपड़ ला देण दी इस्लामित कानून शरा दे विच सज़ा लाई गई भाई तारू सिंह जी नू, खोपड़ लथ गया ते जकरिया खां उत्थों बीमार हो गया। ते हुण वड्डे पीरां फकीरां ने इस्लाम दे जकरिया खां नू आख्या तू एक बंदगी इबादत करन वाले नू सच दे राह ते तुरन वालियां नू दुख दिता है, हुण उहनू ही पुछ मैं ठीक किवें होवांगा। ते जिहड़ा सिखां दा विचोला रख्या गया ना भाई तारू सिंह ते जकरिया खां दे विच गल करन वाला उह सी भाई शुबेक सिंह। भाई शुबेक सिंह जाके पुछदे ने तारू सिंह नू जिन्हां दी खोपड़ लत चुकी है, लहू लुहान है शरीर, बस ये समझिए कि बाणी ते धन गुरु रामदास महाराज जी का निर्मल अमृत सरोवर दरबार साहब ये दो चीज़ा उन्होंने अंदर जज्बे पैदा कर रही है। निरवा रख्या होया खोपड़ ल वखरा है ते पुछदे है कि जकरिया खां बीमार है ते वह खेमा की जाचना करता है। तो भाई तारू सिंह का जज्बा देखो कहिंदे मैं कौन हो सकदा जकरिया खां नू खिमा देण वाला, एक कौमी मसला है, एक पंथक मसला है, एक खालसाई मसला है, जाओ खालसे तो माफी मंगो ते पुछो, जाओ खालसे दे अगे पेश करो इस मसले नू। ते खालसे ने जो सज़ा लाई कि यही सज़ा लाई कि जे जकरिया खां बचना है फिर तारू सिंह दी जुत्ती नाल तेरे अंदर शरीर दे विच पए होए बन दी निकासी होएगी। कुछ समा बतीत होंदा है, जकरिया खां जुत्ती खा खा के ही मरदा है। हुण जकरिया खां दा पुत्तर जद जाइया खां तख्त ते बैठदा जकरिया खां तो बाद पहला सवाल ये पुछदा है कि मेरे पिता दी फौत किवें होई, ते उत्थे दस्या जांदा है कि सिर ते जुत्ती पै के होई, एक नहीं सैकड़ी पईआं। फिर कहिंदे ये सज़ा भाव कि ये चाल किन्ने चली, ये किन्ने कारा वरताया वो दसो। कहिंदे जी शुबेक सिंह ने वरताया सी। फिर जइया खां ने जकरिया खां दे पुत्तर ने शुबेक सिंह ते शहबाज सिंह नू छकड़ी चड़खड़ियां ते चढ़ाया, वो जकरिया खां दा पुत्तर ही सी। हुण ये सारा कुछ देखो ये पिछे पिछोकड़ भी देखिए थोड़ा जा। असे जिस वेले धन गुरु गोबिंद सिंह साहब महाराज जी दे साहबजादियां नू वड्डियां नू चमकौर की गड़ी दे विच गुरु गोबिंद सिंह साहब अपने अखां दे अगे शहीद हुंदा वेखदे ने, फिर सतगुरु जी ये नहीं कहिंदे कि माड़ा होया जां चंगा, सतगुरु जी यही कहिंदे है कि पराई अमान क्यों रखी है दित्ती हूँ सुख होए। ते उस चमकौर की गड़ी की जंग नू साका नहीं कहा जाता। हाँ साहबजादे छोटे जिस वेले शहीद होए ने कन्ना दे विच उन्हूं साका कहा गया। हुण मैं लफ्ज़ां दे वल क्यों आ रहा, शब्दावली दी साइकी नू समझियो। लफ्ज़ बना दिता साका नीला तारा। साके दा मतलब की है? साका घलूकारा रॉयट्स या दंगे इन्हां तिन्नां दे विच बड़ा वड्डा भेत है। गुरु तेग बहादुर साहब महाराज जी की शहादत साका है, इहदा जिक्र गुरु गोबिंद सिंह साहब करदे ने कि सतगुरु जी कहिंदे ने ना कि तिलक जंजू राखा प्रभ ताका कीनो बडो कलू मैं साका। इहदा मतलब साका होंदा है कि एक पासे शस्त्र ताकत सारा कुछ लैके बैठे हुए ने, एक पासे शस्त्रां नाल विरोध हो रहा पर दूसरे पासे बिना शस्त्रां तो विरोध किया जाए किसी गल का, वह साका होंदा है। वो गुरु तेग बहादुर साहब जी की शहादत साका है, छोटे साहबजादियों की शहादत साका है, पर कोई नहीं कहता कि चमकौर का साका, चमकौर की जंग ही कही गई है। च्या शुद्ध के चू बचका कुछ तह चार के बाकी बेमायद पेची दा मार। हुण लफ्ज़ वरत्या गया ओपरेशन ब्ल्यू स्टार, जिस दिन नूं आपां जिन्हां शहाद या शहीदियां नूं शहादतां नूं चेते कर रहे हैं उहदी शुरुआत साका नीला तारा जिन्हों कोई ब्ल्यू स्टार कहिंदा है, कोई ब्ल्यू स्टार ऑपरेशन। अच्छा एक ऑपरेशन लफ्ज़ भी सुनियो, ऑपरेशन लफ्ज़ सरकारी दिता गया, साढ़े सिखां दा नहीं है शब्दावली, इहदे पिछे बड़ी डूंघियाई है। असीं इहनूं भी विचारीए क्योंकि खास करके इह सारे मसले जां यूनिवर्सिटियां दे विच या विद्वानां दी सभा दे विच ही जां उहनां दा जिक्र हुंदा है, ते जां कोई असीं बुद्धिजीवी कहीए पर असीं बुद्धू जीवी हो गए हां,
ਬੁੱਧੀ ਤੇ ਰਹੀ ਨਹੀਂ, ਬੁੱਧੂ ਹੋ ਗਏ ਹਾਂ। ਉਹਨਾਂ ਪਿੱਛੇ ਅਸੀਂ ਸੁਣ ਤੁਰ ਪਏ ਹਾਂ ਕਿ ਜਿਹੜੇ ਵਿਗਾੜ ਕੇ ਸੁਣਾ ਰਹੇ ਆ ਸਾਨੂੰ ਤੇ ਅਸੀਂ ਸਮਝਦੇ ਹਾਂ ਉਹੀ ਠੀਕ ਹੈ। ਅੱਜ ਦੀ ਕਥਾ ਦੀ, ਅੱਜ ਦੇ ਲੈਕਚਰ ਦੀ ਸ਼ੁਰੂਆਤ ਦਾਸ ਨੇ ਇੱਥੋਂ ਕੀਤੀ ਕਿ ਮਸਲਾ ਇਹ ਨਹੀਂ ਹੈ ਕਿ ਕੌਣ ਇਸ ਇਤਿਹਾਸ ਨੂੰ ਸੁਣਾ ਰਿਹਾ, ਪਰ ਮਸਲਾ ਇਹ ਹੈ ਕਿ ਕੀ ਸੁਣਾਇਆ ਜਾ ਰਿਹਾ ਤੇ ਜੋ ਸੁਣਾਇਆ ਜਾ ਰਿਹਾ ਉਹ ਠੀਕ ਨਹੀਂ ਹੈ। ਇਸ ਕਰਕੇ ਇਹ ਸਮਾਗਮ ਕੀਤੇ ਜਾ ਰਹੇ ਨੇ ਕਿ ਜੋ ਠੀਕ ਹੈ ਉਹਨੂੰ ਸੁਣਿਆ ਜਾਏ ਗੁਰੂ ਦੇ ਸ਼ਬਦ ਦੀ ਇੱਕ ਛਤਰ ਛਾਇਆ ਦੇ ਵਿੱਚ। ਆਪਰੇਸ਼ਨ ਦਾ ਮਤਲਬ ਹੁੰਦਾ ਹੈ ਕੋਈ ਅੰਗ ਜਿਹੜਾ ਖਰਾਬ ਹੋ ਜਾਏ, ਜਾਂ ਤਾਂ ਉਹਨੂੰ ਵੱਖ ਕਰ ਦਿਉ ਅਤੇ ਫਿਰ ਜਾਂ ਉਹਨੂੰ ਸੂਤ ਕਰ ਦਿਉ। ਹੁਣ ਸਮਝੋ ਇਸ ਸਾਈਕੀ ਨੂੰ, ਇਹਨਾਂ ਅੱਖਰਾਂ ਦੀ ਸਾਈਕੀ ਨੂੰ ਆਸ ਹੈ ਕਿ ਆਪ ਪਕੜ ਰਹੇ ਹੋਵੋਗੇ ਕਿ ਜਿਹੜਾ ਨਾਮ ਹੀ ਰੱਖਿਆ ਗਿਆ ਆਪਰੇਸ਼ਨ ਬਲਿਊ ਸਟਾਰ, ਜਾਂ ਤਾਂ ਇਸ ਅੰਗ ਨੂੰ ਵੱਖ ਕਰ ਦਿਉ ਅਤੇ ਜਾਂ ਇਹਨੂੰ ਠੀਕ ਕਰ ਦਿਉ। ਸਾਈਕੀ ਕੀ ਚੱਲ ਰਹੀ ਸੀ, ਇਸ ਤੋਂ ਪਹਿਲਾਂ ਇਹ ਸ਼ੁਰੂ ਕਿੱਥੋਂ ਹੋਇਆ? ਭਾਈ ਸਵਾਲ ਤਾਂ ਇਹ ਹੈ, ਇਹ ਸ਼ੁਰੂ ਹੋਇਆ 1971-72 ਦੇ ਲਾਗੇ, ਜਿਸ ਵੇਲੇ ਸਿੱਖਾਂ ਨੇ ਅਨੰਦਪੁਰ ਸਾਹਿਬ ਦਾ, ਜਿਹਨੂੰ ਧਰਮ ਯੁੱਧ ਮੋਰਚਾ ਦਾ ਨਾਮ ਦਿੱਤਾ ਗਿਆ, ਅਨੰਦਪੁਰ ਸਾਹਿਬ ਦਾ ਜਿਹੜਾ ਰੈਜ਼ੋਲਿਊਸ਼ਨ ਤਿਆਰ ਕੀਤਾ। ਸੁਣਿਓ, ਇਹਦੇ ਵਿੱਚ ਕੋਈ ਇਹ ਨਹੀਂ, ਦੇਖੋ ਅੱਜ ਸਵੇਰੇ ਵੀ ਮੈਂ ਬੇਨਤੀ ਕੀਤੀ, ਸ਼ੁਰੂ ਤੋਂ ਲੈ ਕੇ ਜਦ ਤੁਸੀਂ ਇਤਿਹਾਸ ਦੇਖੋਗੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਅਤੇ ਮਹਾਰਾਜ ਜੀ ਨੇ ਆ ਕੇ, ਕਿਉਂਕਿ ਇਸ ਤੋਂ ਪਹਿਲਾਂ ਪਠਾਣਾ ਦਾ ਰਾਜ, ਪਠਾਣਾ ਤੋਂ ਬਾਅਦ ਤੁਰਕਾਂ ਦਾ, ਫਿਰ ਮੁਗਲਾਂ ਦਾ, ਤੁਰਕ ਪਠਾਣੀ ਅਤੇ ਮੁਗਲ, ਤੁਰਕ ਆਏ ਫਿਰ ਪਠਾਨ ਆਏ ਫਿਰ ਮੁਗਲ ਆਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਸੇ ਦੀ ਝੂਠੀ ਖੁਸ਼ਾਮਦੀ ਨਹੀਂ ਕੀਤੀ। ਹਾਂ, ਇਹ ਆਖਿਆ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮਕਲ, ਮੁਗਲ ਚੜ੍ਹਾਇਆ ਇਤੀ ਮਾਰ ਭਈ ਕੁਰਲਾਣੇ ਤੈਂ ਕੀ। ਆ ਸਿਰਫ ਗੁਰੂ ਨਾਨਕ ਸਾਹਿਬ ਤੇ ਉਹਦਾ ਸਿੱਖ ਹੀ ਕਰ ਸਕਦਾ ਹੈ। ਦੂਸਰਾ ਜ਼ਿਕਰ, ਜਿਨਸਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਅਨ, ਗਲ ਵਿੱਚ ਆਵੈ ਧੂੜ। ਇਹ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਇਹ ਨਸਲ ਕੁਸ਼ੀ ਪਹਿਲੇ ਦੇਸ਼ ਦੀ ਹੋਈ, ਅਹਿਮਦਾਬਾਦ ਦੀ ਧਰਤੀ 'ਤੇ ਹੋਈ। ਉਹਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸ਼ਬਦਾਵਲੀ ਦੇ ਵਿੱਚ ਬਾਬਰ ਦੀ ਬਣਾਈ ਹੋਈ ਕੋਤ ਵਾਲੀ ਜੇਲ੍ਹ ਵਿੱਚ ਬੈਠ ਕੇ ਗਾਵਿਆ ਔਰ ਬੇਖੌਫ ਹੋ ਕੇ ਗਾਵਿਆ, ਔਰ ਇਹ ਕਿਹਾ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਤੇ ਅੱਜ ਵੀ 84 ਚ ਅਸੀਂ ਕਵਾਂਗੇ, ਰਹਿੰਦੀ ਧਰਤੀ ਤੱਕ ਕਹਿੰਦੇ ਰਵਾਂਗੇ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ। ਪਰ ਸਖਤਾ ਸਖਤੇ ਨੂੰ ਨਹੀਂ ਹੋਇਆ ਇੱਥੇ, ਗੱਲ ਨੂੰ ਸਮਝਿਓ। ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਸਮਾਂ ਆਇਆ, ਹਿਮਾਯੂ ਆਇਆ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ, ਬੱਚਿਆਂ ਨੂੰ ਸਤਿਗੁਰੂ ਜੀ ਗੁਰਮੁਖੀ ਪੜ੍ਹਾ ਰਹੇ ਨੇ, ਤੇ ਉੱਥੇ ਇੱਕ ਡੇਢ ਘੜੀ ਬੈਠਿਆ, 24 ਮਿੰਟ ਤੋਂ ਵੱਧ ਸਮਾਂ ਉਹਨੇ ਦੇਖਿਆ ਕਿ ਮੇਰੇ ਵੱਲ ਤੇ ਵੇਖਦੇ ਨਹੀਂ, ਪਰ ਗੁਰੂ ਸਾਹਿਬ ਦਾ ਜਿਹੜਾ ਨੇਮ ਹੈ ਉਸ ਨੇਮ ਨਿਭਾ ਰਿਹਾ। ਹਿਮਾਯੂ ਤਲਵਾਰ 'ਚ ਦੇ ਮੁੱਠੇ 'ਤੇ ਹੱਥ ਪਾਉਂਦਾ ਤੇ ਮਹਾਰਾਜ ਉਸੀ ਵੇਲੇ ਖੜੇ ਹੋ ਜਾਂਦੇ ਆ ਕਿ ਇਸ ਦਰਬਾਰ ਦੀ ਮਰਿਆਦਾ, ਜਿੱਥੇ ਤੇਰੀ ਤਲਵਾਰ ਚੜ੍ਹਨੀ ਸੀ ਹਿਮਾਯੂ, ਉੱਥੇ ਤੇਰੀ ਤਲਵਾਰ ਖੁੰਡੀ ਪੈ ਗਈ ਹੈ, ਤੇ ਇੱਥੇ ਆ ਕੇ ਤੂੰ ਹੁਣ ਫਕੀਰਾਂ ਨੂੰ ਡਰਾਉਂਦਾ। ਕੀ ਹੋਇਆ ਸੀ, ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਆਇਆ ਸੀ ਹਿਮਾਯੂ ਉਸ ਵੇਲੇ, ਤੇ ਆ ਕੇ ਧੱਕਾ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ 'ਚ ਅਕਬਰ, ਫਿਰ ਇਹ ਸਾਰੀ ਲੜੀ ਚੱਲੀ ਹੈ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ, ਗਵਾਲੀਅਰ ਦੇ ਵਿੱਚ ਨਜ਼ਰਬੰਦ ਹੋਣਾ, ਕਿੰਨੀ ਕੁ ਤਸ਼ੱਦਤਾਂ ਦੇਖੀਆਂ ਗਵਾਲੀਅਰ ਦੇ ਕਿਲੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਹ ਤਸ਼ੱਦਤਾਂ ਬਰਦਾਸ਼ਤ ਨਹੀਂ ਕਰ ਸਕੇ ਉਹ ਰਾਜਿਆਂ ਦੇ ਨਾਲ, ਤੇ ਸਤਿਗੁਰੂ ਜੀ ਨੇ ਕਿਹਾ ਮੈਂ ਇਕੱਲਾ ਨਹੀਂ, ਜੇ ਨਿਕਲਾਂਗਾ ਤੇ ਫਿਰ ਸਾਰਿਆਂ ਨੂੰ ਲੈ ਕੇ ਨਿਕਲਾਂਗਾ। ਇਹ ਹੈ ਬੰਦੀ ਛੋੜ ਦਾਤਾ। ਫਿਰ ਇਹ ਸਾਰਾ ਕੁਝ ਅੱਗੇ ਚੱਲਿਆ, ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ ਬੈਠੇ, 2200 ਘੋੜਸਵਾਰ, ਤਿੰਨ ਵਾਰੀ ਵਿਉਂਤਾਂ ਬਣਾਈਆਂ ਗਈਆਂ ਔਰੰਗਜ਼ੇਬ ਦੀਆਂ ਗੁਰੂ ਹਰਰਾਏ ਸਾਹਿਬ 'ਤੇ ਹਮਲੇ ਦੀਆਂ। ਇਹਦੀ ਕਥਾ ਦਾਸ ਕਰ ਚੁੱਕਿਆ ਪਿਛਲੇ 2 ਸਾਲਾਂ ਤੋਂ ਲਗਾਤਾਰ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸ ਦੀ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਮਾਂ ਆਇਆ, ਔਰੰਗਜ਼ੇਬ ਨੇ ਮਿਲਣਾ ਚਾਹਿਆ ਪਰ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦੀ ਫਿਰ ਸ਼ਹਾਦਤ ਅਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਹ ਤਖਤ ਵੀ ਅਤੇ ਇਹ ਤਾਜ ਵੀ ਅਤੇ ਇਹ ਰਾਜ ਵੀ ਇਹ ਬਾਜ ਵੀ, ਜੇ ਸਭ ਕੁਛ ਹੈ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਬਦ ਦੀ ਕਲਾ ਦੇ ਕਰਕੇ ਹੈ, ਜੋਤ ਉਹੀ ਹੈ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਬਾਬਤ ਇਹ ਸਭ ਕੋਈ ਕਹਿੰਦੇ ਆ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਆਪਣਾ ਸਭ ਕੁਛ ਵਾਰ ਦੇ ਅਤੇ ਅੱਜ ਇਹ ਭਾਰਤ ਤੱਕ, ਇਹ ਦੇਸ਼, ਇਹ ਸਾਰਾ ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਅਤੇ ਤਾਲਿਬਾਨ, ਇਹ ਹੀ ਹੋਣਾ ਸੀ ਸਾਰਾ। ਨਾ ਕਹੂੰ ਅਬ ਕੀ, ਨਾ ਤਬ ਕਹੂੰ ਤਬ ਕੀ, ਅਗਰ ਨਾ ਹੋਤੇ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ।
क्योंकि जुल्म दे खिलाफ आवाज उठाउण वालियां दे उत्ते नकल नसल कुशी होएगी। ये होई है तो होएगी तो होंदी रहेगी, भावें वह इस धरती ते यहूदी ने भावें कोई भी ने। ते जेड़ा जुल्म दे खिलाफ आवाज नहीं उठाउंदा उहदी कदी उस कौम की कदी नसल कुशी नहीं हो सकती ते ना ही होएगी। ते वो कौम है जिहड़ी कौम अपने लिए की जे किसी के उत्ते भी धक्का आता हो, जे धन गुरु तेग बहादुर साहब कोई बोधी भी तुरके आते ना, सतगुरु जी उन्हां दी उंगल फड़ लेंदे, बांह फड़ लेंदे। जे जैनी भी आते उस वेले, जे शिया ते सुन्नी आपस च लड़ के कोई एक तबका गुरु साहब को लाउंदा ते सतगुरु जी तां भी तुरदे। गल ये नहीं है कि सतगुरु जी ने किस लई कुरबानी या किस लई शहादत दित्ती, गल तो यह है कि जिथे धक्का हो रहा है, जे सकता सकते को मारे तां मन रोस ना हो। मन दे विच उस वेले रोस नहीं है कि जे सख्ता दोनों पासे बराबर ने, पर कदी भी दोनों पासे बराबर नहीं होए। और ये सारी चीज़ां जब अगे पहुंची आ 1947 की वंड हुई, ये पंजाब की वंड हुई, ये भारत की वंड कित्थे हुई? पंज आब पंज दरियावां दा, जिन्हों प्रोफेसर पूरन सिंह कहिंदा कि पंजाब वसदा गुरां दे नाम ते, कहिंदे जिहड़ा गुरां दे नाम ते वसदा पहले उन्हों ही वंडो, पहले इन्हां नूं खेरू खेरू करो, पहले भाषा ही वंड। ये सारा कुछ होया, पंज दरियावां वाला ते ढाई दरियावां वाला रह गया, ढाई तो भी घट दरिया इस चढ़दे पंजाब वल आए तो लहिंदा वख कर दिता गया। उस वेले किन्नियां कतलो गारत होईयां, किस दियां? सब तो ज़्यादा सिखां दियां। 1947 अरकाइव्स पढ़ो, साढ़े बुजुर्ग सारे जिहड़े तुसीं बैठे हो ना, बहुते ज़्यादियां दे बुजुर्ग सारे उत्थों उठ के आए ने, सब सारा सारा सरमाया पिछे छड़ के आए ने। इतों तक जब दास 1947 आरकाइव्स के इंटरव्यू सुन रहा सी, देख रहा सी सैमीनार्स यूनिवर्सिटीज से, बुजुर्ग दसदे आ कि असी ट्रेना भी चढ़ के आए ने, कहिंदे ट्रेना दे सारियां दे सारे डब्बियां च लाशां ही बड़ियां बनातियां गईयां सी रस्ते च, ऐसी व्यों सी। कहिंदे अमृतसर खालसा कॉलेज उतरे, कहिंदे पानी नहीं सी आटा गुंदण लई बच्चियां नूं, कि बच्चियां दे पेशाब तो, छोटे बच्चियां दे पेशाब तो आटा गुंद के रोटियां पकाईयां। ये साड़ी विरासत है, ये कुछ 47 विच होया, ये होया जे सकता सकते को मारे, 47 दे बाज बंडा होईया भावें बड़ा। और महात्मा गांधी उन्हें कहा सी कि गुरु गोबिंद सिंह साहब कहिंदे एक गाफल एक बावरे क्रांतिकारी ने, इस गल नूं सुन के बांह फड़ ली सी, बांह फड़ ली सी साढ़े योधे नेतावां ने सिखां ने, कि तू किवें कह सकदा महात्मा गांधी नूं कहा कि गुरु गोबिंद सिंह साहब एक गफलत, तू उन्हूं उन्हां नूं की कह रहे हैं? कहिंदे जी शस्त्र चके। तो सिर साढ़े सिखां ने सवाल पाया अगों, जे गुरु गोबिंद सिंह साहब की कृपान चुभदी है तो लियाओ कोई देवी देवता, तुसी जिस देवी देवते दे हाथ च शस्त्र नहीं है, कोई एक भी तस्वीर दिखाओ। देखो कटाक्ष नहीं है, ये बहुत वड्डा सवाल सी, जे सिर्फ शस्त्रां करके तुहानूं शस्त्र चुभदे ने सिखां दे गुरु दे, कोई एक देवी देवता दसो इस धरती का, साड़ी धरती का, जिहदे हाथ दे विच त्रिशूल नहीं है, फिर जिहदे हाथ विच शस्त्र नहीं है, फिर ये बड़े वड्डे ते बड़े गंभीर सवाल ने। फिर धोखा होया पंजाबी सूबे करके, धोखा होया पंजाबी बोली भाषा अंबाला की, किन्ना कुछ पंजाब नूं, कल्ला पंजाब पाकिस्तान करके नहीं लैंदा ते चढ़दा नहीं, उहदे विचों हिमाचल, उहदे विचों फिर चंडीगढ़ कढ़िया गया यूनियन टैरिटरी बना के, अंबाला उहदे विचों कढ़ दिता गया, किन्ना कु हिस्सा हरियाणा नूं। फिर पानिया का मसला आया कि पंजाब का पानी पंजाब को नहीं है, फिर ये सारे मोहतबर 250 सिखां ने रल के एक आनंदपुर साहब का रेजोल्यूशन बनाया कि घट्टो घट पंजाब नूं पंजाब ते रहण दो, कि साढ़े पंजाब का पानी साढ़े को रहण दो, कि स्टेट के जोड़े मसले होंगे है वह स्टेट के होंगे है, सेंटर का हक ना दो स्टेट के मसलियां। अज इस तरह दियां बहुत स्टेट्स ने जिन्हां स्टेट्स का हक स्टेट्स को है, पर पंजाब के हक उस वेले सेंटर को देते के। ये आनंदपुर साहब के जोड़े रेजोल्यूशन सन, ये संत जरनैल सिंह भिंडरां वाले, देखो अज जिन्हें भी इंस्टीट्यूशन ने, आइदर IAS IPS जे जिन्हें भी इंस्टीट्यूशन चल रहे ने, अज तक ये नहीं सोचा गया कि शुरू तो लैके कितों के सतगुरु गुरु नानक साहब जी, जे चलो 1510 विच सतगुरु जी जे उदासियां शुरू करते हैं कि चढ़िया सोधन धरत लुकाई, जे 1500 तो मान लो असी उतों लैके, तो अज तक जिहड़ियां कुरबानियां सिखां ने दित्तियां,
ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਚਾਹ ਛੁੱਧ ਕੇ ਚੂ ਬਚਗਾ ਕੁਛ ਤੈ ਚਾਰ ਕਿ ਬਾਕੀ ਬੇਮਾਈ ਤੇ ਪੇਚੀ ਦਾ ਮਾਰ। ਪੰਜਾਬੀ ਸੂਬੇ ਦੀ ਜੰਗ ਹੋਏ ਭਾਵੇਂ ਕਿੰਨੇ ਕੁ ਸਾਕੇ ਵਾਪਰੇ, ਇਸ ਧਰਤੀ ਤੇ ਨਨਕਾਣਾ ਸਾਹਿਬ ਦਾ ਸਾਕਾ ਜਿਹਨੂੰ ਸਭ ਤੋਂ ਪਹਿਲਾਂ ਆਜ਼ਾਦੀ ਦਾ ਪਹਿਲੀ ਜੰਗ ਜਿੱਤੀ ਫਤਿਹ ਕੀਤੀ ਗਈ, ਇਹਨੂੰ ਭਾਰਤੀ ਸੰਵਿਧਾਨ ਮੰਨਦਾ ਕਿ ਮਹਾਤਮਾ ਗਾਂਧੀ ਕਹਿੰਦੇ ਕਿ ਇਹ ਆਜ਼ਾਦੀ ਦੀ ਪਹਿਲੀ ਜੰਗ ਫਤਿਹ ਹੋਈ ਹੈ ਜਿਹੜੀ ਨਨਕਾਣਾ ਸਾਹਿਬ ਦਾ ਮੋਰਚਾ ਜਿੱਤਿਆ, ਚਾਬੀਆਂ ਦਾ ਮੋਰਚਾ ਸੀ। ਕਿੰਨੇ ਕੁ ਸਾਰੇ ਮੋਰਚੇ ਨੇ, ਕੂਕਾ ਫਿਰ ਲਹਿਰ ਆਈ, ਅੰਗਰੇਜ਼ਾਂ ਦੀ ਖਿਲਾਫਤ ਹੋਈ, ਕਿੰਨਾ ਕੁਛ। ਔਰ ਉਹੀ ਲਹੂ ਊਧਮ ਸਿੰਘ ਦੇ ਵਿੱਚ ਹੈ ਜਿਸ ਲਹੂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਰਦੀ ਹੈ। ਉਹੀ ਲਹੂ ਭਗਤ ਸਿੰਘ ਦੇ ਵਿੱਚ ਹੈ, ਕਿਸੇ ਨੇ ਆ ਕੇ ਜਗਾਇਆ ਨਹੀਂ ਉਹਨਾਂ ਨੂੰ, ਉੱਠੋ ਤੇ ਆਜ਼ਾਦੀ ਲਓ ਆਵਾਜ਼। ਇਹ ਲਹੂ ਅੰਦਰ ਹੈ, ਇਹ ਜਿਹਦੇ ਵਿੱਚ ਵੀ ਹੈ ਉਹ ਆਵਾਜ਼ ਚੱਕੇਗਾ। ਔਰ ਇਹ ਚੱਕੀ ਗਈ ਆਵਾਜ਼ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਜ਼ਿਕਰ ਹੈ। ਕਿਹੜਾ? ਭਗਤ ਕਬੀਰ ਜੀ ਕਹਿੰਦੇ ਹੈ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹਾਂ ਮਾਇਆ ਕੇ ਡਾਂਡੇ। ਮਰਨਾ ਤੇ ਹੈ ਪਰ ਬਦ ਫੈਲੀ ਤੇ ਗਫਲਤ ਦੀ ਮੌਤ ਨਹੀਂ ਮਰਨਾ ਸਿੱਖ ਨੇ। ਅਨਮੈਲਾ ਕਰਕੇ ਅਸੀਂ 90 ਸਾਲ ਐਵੇਂ ਚਾਪਲੂਸੀਆਂ ਕਰਕੇ ਨਹੀਂ ਮਰਨਾ। ਹਾਂ, ਜੇ 7 ਤੇ 9 ਸਾਲ ਦੇ ਵਿੱਚ ਵੀ ਮੌਤ ਆਏ ਤੇ ਅਣਖ ਨਾਲ ਮੌਤ ਨੂੰ ਕਬੂਲ ਕਰਾਂਗੇ, ਅਣਖ ਨਾਲ ਮੌਤ ਦਾ ਇਲਜ਼ਾਮ ਪੀਵਾਂਗੇ, ਇਸ ਮੌਤ ਨਾਲ ਵਿਆਏ ਜਾਵਾਂਗੇ, ਭਾਵੇਂ ਉਹ ਬਾਬਾ ਜ਼ੋਰਾਵਰ ਸਿੰਘ ਨੇ ਤੇ ਬਾਬਾ ਫਤਿਹ ਸਿੰਘ ਨੇ। ਹੁਣ ਇਹ ਜਦ ਆਨੰਦਪੁਰ ਸਾਹਿਬ ਦਾ ਰੈਜ਼ੋਲਿਊਸ਼ਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਇੱਕ ਗੱਲ ਮੈਂ ਸਵੇਰੇ ਵੀ ਗੱਲ ਕੀਤੀ ਸੀ। ਦੇਖੋ, ਜਦ ਇੰਦਰਾ ਦੀ 31 ਅਕਤੂਬਰ ਨੂੰ ਸੋਧਿਆ ਗਿਆ ਇੰਦਰਾ ਨੂੰ, ਉਸ ਵੇਲੇ ਸਿਰਫ ਸਾਡੇ ਸਾਰੇ ਦੇਸ਼ ਨੂੰ, ਸਾਰੇ ਸਮਾਜ ਨੂੰ ਆ ਦੋ ਹੀ ਸਿੱਖ ਦਿਸੇ, ਬੇਅੰਤ ਸਿੰਘ ਤੇ ਸਤਵੰਤ ਸਿੰਘ। ਉਸ ਵੇਲੇ ਇੱਕ ਖਿੰਦ ਦੇ ਵਿੱਚ ਜਿਨ੍ਹਾਂ ਸਿੱਖਾਂ ਨੇ ਸ਼ੁਰੂ ਤੋਂ ਲੈ ਕੇ ਸ਼ਹਾਦਤਾਂ ਦਿੱਤੀਆਂ ਕਿ ਇਸ ਦੇਸ਼ ਦੀ ਆਜ਼ਾਦੀ ਲਈ 85 ਤੋਂ 90% ਸ਼ਹਾਦਤਾਂ ਸਿੱਖਾਂ ਦੀਆਂ। ਅੱਜ ਜਾ ਕੇ ਦੇਖੋ ਬਰਮਾ ਦੇ ਵਿੱਚ ਕਾਲੇ ਪਾਣੀ ਦੀ ਸਜ਼ਾ, ਉਹਦੇ ਵਿੱਚ ਕਿੱਥੇ ਤੁਹਾਨੂੰ ਟਾਵਾਂ ਟਾਵਾਂ ਕੋਈ ਨਾਮ ਮਿਲੇਗਾ, ਕੋਈ ਸ਼ਰਮਾ ਮਿਲੇ, ਕੋਈ ਟਾਵਾਂ। ਉੱਥੇ ਜਿੰਨੇ ਨਾਵਾਂ ਦੀ ਤੁਸੀਂ ਵਹੀਰ ਲਾਈਨ ਦੇਖੋਗੇ, ਉੱਥੇ ਸਾਰੀ ਬਰਮਾ ਜਿੱਥੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ, ਉੱਥੇ ਸਾਰੀ ਲਿਸਟ ਤੁਹਾਨੂੰ ਸਿੱਖਾਂ ਦੀ ਮਿਲੇਗੀ। ਕਿੱਥੇ 50 ਨਾਮ ਤੋਂ ਬਾਅਦ ਕੋਈ ਇੱਕ ਹੋਰ ਨਾਮ, ਕੋਈ ਖਾਨ ਆਏਗਾ ਤੇ ਜਾਂ ਕੋਈ ਹੋਰ ਆਏਗਾ। ਇੰਨੇ ਸਿੱਖਾਂ ਦੀ ਸ਼ਹਾਦਤਾਂ ਦਿੱਤੀਆਂ, ਇੰਨੇ ਸਿੱਖਾਂ ਨੇ ਆਪਣੇ ਪਿੰਡੇ ਤੇ ਜ਼ੁਲਮ ਸਹੇ, ਆਪਣੇ ਆਪ ਨੂੰ ਵਾਰਿਆ ਇਸ ਦੇਸ਼ ਦੀ ਆਜ਼ਾਦੀ ਲਈ, ਇਸ ਦੇਸ਼ ਨੂੰ ਸਿੰਚਣ ਲਈ। ਜਦ ਸ਼ੁਰੂ ਤੋਂ ਲੈ ਕੇ ਇੰਨੀਆਂ ਸ਼ਹਾਦਤਾਂ ਫੌਜ ਦੇ ਵਿੱਚ, ਅੱਜ ਵੀ ਜੇ ਕਿਸੇ ਨੂੰ ਅੱਗੇ ਕਰਨਾ ਤੇ ਸਿੱਖ ਅੱਗੇ ਨੇ। ਜੇ ਇੱਥੇ ਮਾਵਾਂ ਦੇ ਪੁੱਤ ਮਰਦੇ ਨੇ ਤੇ ਪੰਜਾਬ ਦੇ ਮਰਦੇ ਨੇ, ਜਿਹੜੇ ਕਿਸਾਨ ਜਿਹੜੇ ਬਾਰਡਰ ਤੇ ਬੈਠੇ ਨੇ ਉਹਨਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਘਰ ਪਹੁੰਚ ਰਹੀਆਂ ਨੇ। ਹੁਣ ਇਹ ਸਵਾਲ ਕੀਤਾ ਜਾਂਦਾ ਹੈ ਕਿ ਸ਼ੁਰੂ ਤੋਂ ਲੈ ਕੇ, ਜਦ ਇਸ ਦੇਸ਼ ਦੀ ਵੰਡ ਤੋਂ ਵੀ ਪਹਿਲਾਂ ਤੋਂ ਲੈ ਕੇ ਜਦ ਸਾਰਾ ਕੁਝ ਸਿੱਖਾਂ ਨੇ ਕੀਤਾ, ਕਿ ਇੱਕ ਖਿੰਦ ਦੇ ਵਿੱਚ ਸਿੱਖ ਅੱਤਵਾਦੀ ਕਿਵੇਂ ਬਣ ਗਿਆ? ਫਿਰ ਸਿੱਖ ਟੈਰਰਿਸਟ ਕਿੱਥੋਂ ਹੋ ਗਿਆ? ਕਿ ਇੱਕ ਰਾਤ ਦੇ ਵਿੱਚ ਸਿੱਖਾਂ ਨੂੰ ਐਸੀ ਕੌਮ ਕਿਉਂ ਕਹਿਤਾ ਜਿਹਨੂੰ, ਜਿਸ ਕੌਮ ਦਾ ਨਾਮ ਹੀ ਜ਼ਰਾਏ ਪੇਸ਼ਾ ਕੌਮ ਰੱਖ ਦਿੱਤਾ ਗਿਆ? ਕਿ ਇਹ ਜ਼ਰਾਏ ਪੇਸ਼ਾ ਕੌਮ ਹੈ ਕਿ ਇੰਨੀ ਸ਼ਹਾਦਤਾਂ ਦੇਣ ਤੋਂ ਬਾਅਦ, ਇੰਨਾ ਕੁਛ ਕਰਨ ਤੋਂ ਬਾਅਦ ਫਿਰ ਅਸੀਂ ਟੈਰਰਿਸਟ? ਇੰਦਰਾ ਗਾਂਧੀ ਨੂੰ ਇਹ ਪਤਾ ਸੀ ਜੋ ਮੈਂ ਕੀਤਾ ਨਾ, ਔਰ ਇਹਦਾ ਸਭ ਤੋਂ ਵੱਡਾ ਕਾਰਨ ਸੀ 1984 ਦੇ ਵਿੱਚ 6 ਜੂਨ ਦਾ ਕਾਰਾ, ਕਿ ਇਸ ਦੇਸ਼ ਦੀ 4th ਨੰਬਰ ਦੀ ਸਭ ਤੋਂ ਤਾਕਤਵਰ ਫੌਜ ਸਾਡੇ ਦੇਸ਼ ਦੀ, ਔਰ ਸਾਡੇ ਦੇਸ਼ ਦੇ ਲੋਕਾਂ ਨੂੰ ਮਰਵਾਉਣ ਲਈ ਕੀ ਤੋਪਾਂ, ਕੀ ਟੈਂਕ, ਕੀ ਬਾਰੂਦ, ਕਿ ਹਰ ਤਰ੍ਹਾਂ ਦੀ ਇੰਗਲਿਸ਼ ਗਨ ਲੈ ਕੇ, ਤੇ ਇੱਥੇ ਨਿਹੱਥਿਆਂ ਤੇ ਵੀ ਵਾਰ ਹੋਇਆ, ਤੇ ਅੱਗੇ ਜਿਹੜੇ ਸੂਰਮੇ ਸਿੰਘ ਵੀ ਬੈਠੇ ਸਨ ਜਿਨ੍ਹਾਂ ਨੇ ਟਾਕਰਾ ਵੀ ਕੀਤਾ ਉਹਨਾਂ ਤੇ ਵੀ ਵਾਰ ਹੋਇਆ, ਟੈਂਕ ਵੀ ਵਾੜੇ ਗਏ, ਤੋਪਾਂ ਵੀ ਚਲਾਈਆਂ ਗਈਆਂ। ਇੰਦਰਾ ਗਾਂਧੀ ਨੂੰ ਇਹ ਭੁਲੇਖਾ ਪੈ ਗਿਆ ਕਿ ਜਿਸ ਅਕਾਲ ਤਖਤ ਨੂੰ ਮੈਂ ਟੈਂਕ ਤੋਂ ਉਡਾਉਣ ਲੱਗੀ ਹਾਂ, ਇਹ ਅਕਾਲ ਦਾ ਤਖਤ ਹੈ, ਇਹ ਕੋਈ ਗੁਰਦੁਆਰਾ ਨਹੀਂ ਹੈ, ਇਹ ਆਮ ਗੁਰਦੁਆਰਾ ਨਹੀਂ। ਉਹ ਗੁਰਦੁਆਰੇ ਦਾ ਭੁਲੇਖਾ ਖਾ ਗਈ, ਕਿਉਂਕਿ ਗੁਰਦੁਆਰਾ ਇਮਾਰਤ ਹੋ ਸਕਦੀ ਹੈ ਪਰ ਅਕਾਲ ਤਖਤ ਇਕੱਲੀ ਇਮਾਰਤ ਨਹੀਂ ਹੈ। ਅਕਾਲ ਤਖਤ ਇੱਕ ਸੁਫਨਾ ਹੈ, ਅਕਾਲ ਤਖਤ ਇੱਕ ਜਜ਼ਬਾ ਹੈ, ਅਕਾਲ ਤਖਤ ਇੱਕ ਸੋਚ ਹੈ, ਅਕਾਲ ਤਖਤ ਇੱਕ ਜੀਵਨ ਜਾਂਚ ਹੈ, ਅਕਾਲ ਤਖਤ ਇੱਕ ਰਾਜ ਦੀ ਪਦਵੀ ਹੈ, ਤੇ ਉਹਨੂੰ ਕੋਈ ਖੋ ਨਹੀਂ ਸਕਦਾ। ਔਰ ਸਿੱਖਾਂ ਦੇ ਲਹੂ ਦੇ ਵਿੱਚ ਇਹ ਸਦਾ ਹੀ ਸੱਚ ਹੈ, ਅਸੂਲੋਂ ਪੇ ਆਚ ਆਏ ਤੋ ਲੜ ਜਾਣਾ ਜ਼ਰੂਰੀ ਹੈ, ਅਗਰ ਜ਼ਿੰਦਾ ਹੋ ਤੋ ਫਿਰ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਦੁਨੀਆਂ ਦੇ ਲੋਕੋ ਯਾਦ ਰੱਖਿਓ, 2 ਮਿੰਟ ਦਾ ਸਮਾਂ ਰਹਿ ਗਿਆ ਸਿਰਫ ਮੇਰੀ ਕਥਾ ਵਿਚਾਰ ਦੀ ਸਮਾਪਤੀ ਦਾ। ਜਿਸ ਵੇਲੇ ਇਸ ਧਰਤੀ ਤੇ 6 ਜੂਨ ਵਰਤੇਗਾ, ਜਦ 6 ਜੂਨ ਵਰਤੇਗਾ ਕੋਈ ਵਰਤਾਏਗਾ, ਉਹ ਯਾਦ ਰੱਖੇ ਫਿਰ 21 ਅਕਤੂਬਰ ਵੀ ਉਸ ਤੋਂ ਬਾਅਦ ਆਏਗਾ।
आ याद रखियो, ये सिखां ने दस्या जे कदी भी कोई हुज्जत करेगा 6 जून वर्गा वरताउण दा, ते बहुते दिन नहीं 6 जून तो बाद जद 31 अक्टूबर वरतिया। और अज दे मसले जेड़े ने ना ये बड़े कौमी मसले ने ना, इन्हां नूं कथा दे रूप च लियो ना प्रचारक दे रूप च लियो, कथावाचक होके गल करनी बड़ी सौखी है, प्रचारक होके आम बंदे करके देखो जिम्मेवारी उही निभा सकदा है जिन्हों जिम्मेवारी का दर्द है, होर कोई जिम्मेवार हो नहीं सकता। जिन्हों जिम्मेवारी की चिंता है ना कि यह निभ जाए, उही जिम्मेवारी निभा सकदा है। ते गुरु के सिखो एक कौमी फर्ज है। ऐसे ऐसे नारे लगे ने सिखां बारे, मैं पिछले साल भी जिक्र किया सी, हुण मेरा मन नहीं करता कि स्टेजा तो उन्हां नारियां नूं फिर दोबारा दोहराया जाए। हाँ एक गल, एक नारा बड़ा बहुत मशहूर किया गया, वह पता केड़ा सी, याद करेगा खालसा, याद करेगा खालसा, यह बड़ा मशहूर किया गया कि असी इहो जिहा कर दांगे कि याद करेगा खालसा। पर असी याद करांगे, सदा याद करांगे, ये नहीं भुल सकांगे ते ना ही ये भुलण देवांगे। क्यों? क्योंकि ये बेदोषियां दे उत्ते कतलो गारत हुई। जे एक साढ़े देश दा लॉ है कि हिरण दा कतल कीता जाए ते हिरण नूं भी जे शिकार कीता जाए ते उहनूं भी इत्थे जस्टिस या इत्थे अदालतां ने उहनूं कानून दे शिकंजे ने, पर 8 तों 10 हज़ार ये तो कोई गिणती नहीं है। तो गिणती दे नाल किन्नी गेम खेडी गई, किन्ने हज़ार 25-30 हज़ार 3-3 दिन लाशा दिल्ली दी सड़कां ते सड़ियां ने, एक एक लाश 3 दिन। पता है गल नूं सुनण वास्ते बड़ा वड्डा जिगरा चाहिए, पर ये होया, ये उहनां नाल होया। तो अगों फिर राजीव गांधी की कहिंदा किड्डा वड्डा कातल, किन्ना किन्ना वड्डा कातल वह बंदा, किन्नी कतलो गारत कीती उहनें, उहदे मित्रां ने रल के सारिआं ने। ते अगों फिर जस्टिफाई पता की करदा, कहिंदे जद कोई वड्डा रुख डिगदा ते धरती हिलदी है, इहदा मतलब कोई कानून कोई कोर्ट ना आई ना सुप्रीम कोर्ट इस गल नूं अगे लैके ही ना आ सके। सो ये गल ये बहुत डूंगी विचार वाली है। पर हुण भाई साहब जी आ गए ने सतगुरु सच्चे पातशाह महाराज जी की बाणी विचों, क्योंकि सिर्फ ये नहीं कि इत्थे असी नफरत पैदा कर रहे हैं या गफलत या किसी खास किस्म की। अज हम हिंदू नहीं, कान सिंह नाभा नूं लिखनी पई सी एक किताब, तो जे अज सानू कहा जाता है हिंदू हाँ असी, फिर तो फिर 1984 च किन्ने किनू मारिया वह भी तो दसो, फिर यह भी तो फैसला करो, फिर किन्ने ते किनू मारिया, फिर जे सकता सकते को मारे की गल ये वापरी है कि सकता इन्हों सकते नहीं मारिया, निहत्थियां नूं तैयारियां कीतियां गईयां, हरियाणे तो सदे गए, बिहार कितों कितों ट्रेना भर के आईया, कितों पत्थरां दे ट्रक भर के आए, इक्को जे डंडे डांग सोटे भर के आए ट्रकां दे विच भर के, इक्को जे तरह के कैन, इक्को जे तरह के भांडे, वो वड्डे वड्डे ड्रम जिन्हां विच तेल डीजल पेट्रोल, ये सारी तैयारियां कितों, और ये होया, और ये कदी भी हो सकता है। पर ये याद रखियो ये उस कौम नाल होएगा जिहड़ी कौम जिउंदी है, ते इहदे विच कोई डर या कोई सहम या शिकवा नहीं। हाँ शहीद होए धक्का होया, पर कौम दे विच कौमी फर्ज दे तौर ते असी हुण जागीए भाई, पढ़िए ते पढ़ाइए हुण अपने बच्चियां नूं, अपने बच्चियां नूं सुचेत करिए इतिहास बारे, क्योंकि उन्हां वल्लों जिहड़ा इतिहास सुनाया जा रहा है उस सिखां नूं टैररिस्ट ही आख्या जा रहा, सानू वखवादी आख्या जा रहा, सानू समाचारां दे विच भी वखवादी जां अतवादी ही आख्या जा रहा। नहीं असी अतवादी नहीं हाँ, नहीं असी वखवादी। इत्थे 4 दरवाजे ने हरिमंदर साहब ते, कोई बोला राम राम, कोई खुदाए, कोई सेवा गुसाइयां, कोई अलाए, इत्थे सारियां नूं जीवायां नूं, कोई नहावै तीरथ, कोई हज जाए, कोई करै पूजा, कोई सिर निवाए, कोई पढ़ै वेद, कोई कतीब, कोई ओढ़ै नील, कोई सफेद, इत्थे सब कुछ करन वाले हां। और ये जज्बा भी तो गुरु ने पाया, ये भी तो जिथे सिसक होएगी इस देश दे विच
उथे सिख होएगा, जिथे खिच होएगी कुछ की कोई दर्द होएगा। पर दर्द यह है कि जब साढ़े ते बनती है फिर साढ़े नाल कोई नहीं आता, फिर होंदा, फिर साढ़े नाल कौन होंदा, फिर सारे ओपरे हो जाते हैं। जे चंगा कर रहे हैं तो फिर 9 मास का रिश्ता, तो जे अपनी हक मंग ले, जे अपने वास्ते ही मंग लिया, जे ये मंग लिया कि नहीं ये ठीक नहीं आने वाली पीढ़ी ले, फिर असी वखवादी हो गए। ये कादा न्याय है, ये किस देश का न्याय है, ये कादी न्याय प्रणाली, ये किहड़ी डेमोक्रेसी है। ये साढ़े सारिया का कौमी फर्ज है सोचण का। और ये कोई जंग हुण शस्त्रां दी नहीं है, ये जंग हुण सोच दी है, ये जंग हुण कलम दी है, ये जंग हुण अकैडमिक्स दी है, बच्चियां नूं पढ़ा के अच्छी थावां ते भेजण दी है। ये नरोई सोच नूं पैदा करन दा एक फर्ज है, हर एक तौर ते, हर एक एस्पैक्ट। अज साढ़े कोल सोचण विचारन दी गल नहीं है, अज साडे गाने सुन लो साडा भविख दस जाएगा साडे गाने किहो जे ने, ते आप भी सोच लियो बैठ के। ठीक है, किसानी मोर्चे लहर ने बड़े फर्ज निभाए ने, बड़िया नूं हलूणा दिता, पर इत्थे स्टैगनेशन नहीं होना चाहिए, रुकावट नहीं होनी चाहिए। अरदास, जज्बा और चेता ये भुलना नहीं चाहिए, इनू कोई भुला नहीं सकता, तो कोई भुलाउण दा जतन नहीं। हाँ, मैं फिर सवाल ये पाया सी कि मसला ये नहीं कि सुनाया जा रहा है, मसला ये है कि की सुनाया जा रहा है। बचियो, लाइब्रेरीज ते जाओ, गूगल ते सर्च करो, पढ़ो पढ़ो, मैं हाथ जोड़ के कहना, पढ़ो अपने इतिहास बारे, पढ़ो अपने जीवन सिखा बारे, ये सारा कुछ पढ़ो, इस देश दे बारे पढ़ो कि कुछ किया साडे बजुर्गों ने सिंचया, तो तुसी भी लामबंद होवो। बहुत अजीज़ सतगुरु श्री गुरु रामदास महाराज जी की पावन इबादत वाली नगरी, देखो कैसी इबादत की नगरी है, जिथे सदा ही बाणी का अमृत है, जिथे नरोआ अमृत सरोवर है, जिदी आबो हवा दे विच दूसरी कोई गल नहीं है, जिथे हंस कां वर्गे भी हंस होंदे ने उथे टैंक चढ़ाए गए सी, उथे कतलोगारत होई सी। ये सिख नहीं बर्बाद बर्दाश्त कर सकते। सो जे 6 जून है तो फिर 31 अक्टूबर भी है। भुला चुका दी खिमा, मेरे बहुत अजीज़ मित्र प्यार वर्च भाई साहब भाई भुपिंदर सिंह जी, बहुत समा कट्ठे रहे असी 3-4 साल आनंदपुर साहब गुरमत संगीत अकैडमी, प्रोफेसर करतार सिंह के विद्यार्थी और बहुत सियाने विद्यार्थियों विच्चों, अजीज़ विद्यार्थियों विच्चों ने पहली बार ये आए ने मेरी मेरे होंदे, तो मैं इन्हों ज्यों आया करदा। बहुत सतगुरु जी की बख्शिश है, सतगुरु गुरु रामदास महाराज जी के खजाने लैके आए ने अपनी झोली पवाइए। सो अगले समागम आप भाई साहब जी पासों सरवण करो, भुला चुका दी खिमा फतेह बुलाओ जी, आखो जी वाहिगुरु जी का खालसा वाहिगुरु जी की फतेह। वाहिगुरु, परम सत्कारियो गुरु खालसा सतसंग जीओ, वाहिगुरु जी का खालसा वाहिगुरु जी की फतेह। आए दाए विशेष दीवान सन 1984 जो 1 नवंबर 2 नवंबर 3 नवंबर जो दिल्ली च वरत्या, जो कतलेआम सिखा दा होया, निहत्थे सिख निर्दोष कर जा के उन्होंने मारिया गया, उन्होंने याद मिठी प्यारी याद, उन्होंने श्रद्धांजलि देने लई ये अज का विशेष समागम रखा गया है। बहुत बहुत धन्यवाद डॉक्टर मनप्रीत सिंह जी का। मनप्रीत सिंह आपने जो श्रवण करा रहे सी वो वाकई किताबा जो पढ़िया सी, लेकिन दास जो दर्शन चाहेगा वो अपनी अखी अंगठिया देखेगा, दसेगा कि उसने जदों छत चढ़ के देखा जाता सी तो चारों तरफ मायापुरी, नारायणा, पंजाबी विभाग, तिलकनगर साइड हर पासों अग ही अग नज़र आ रही सी, होर कुछ नज़र ही नहीं आता सी। खबर आ रही सन कि बसों को उतार के बच्चों मारता, गड्डिया च उतार के मारता, लोगों को घरों अगर ला दी गई, इतना जुलम होया। लेकिन अफसोस कि न्याय सानू फिर भी नहीं मिलया, ये साड़ी पत्नी कमजोरी है या की है, सानू न्याय नहीं मिलया उस गल का। जिते अज जिस तरह डॉक्टर साहब दसिया कि शाहरुख खान ने एक जो हिरन मारता सी तो उन्होंने सजा हो सकती है,
हजारा 23,000 सिख दिल्ली शहीद हो गए, सजा नहीं किसी मिली। उसके वास्ते अज तक चलता जदों जहर चलती जा रही है। लेकिन असं अपना इतिहास जरूर याद करिए, जिहड़ियां कौमां अपना इतिहास नहीं याद करदियां ना वह कौमां फिर किताबां च ही रह जांदियां। इस वास्ते इहो जिहे दीवान विशेष तरीके उलीके गए हैं ताकि अपनी आने वाली पीढ़ी को पता लगे कि यह असी सिखी किस पा लई है, इस जड़े केस जड़े कितने महंगे न, कितनियां कुरबानियां सन देनियां पईयां ने वास्ते, उस वास्ते ये दीवान रखे गए हैं। तो हुण भाई साहब भाई भुपिंदर सिंह जी हजूरी कीर्तन जत्थे भाई साहब सचखंड श्री हरिमंदर साहब दरबार साहब तो 9:30 तक आप जी कीर्तन सुरण करांगे। जो कीर्तन दा आरंभ करो भुल चुक दी शमा। वाहिगुरु जी का खालसा वाहिगुरु जी की फतेह।